ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਐਂਬੂਲੈਂਸ ਦੇ ਵਿੱਚ ਲਾੜਾ ਲੈ ਕੇ ਗਿਆ ਬਰਾਤ ਨਾਲ ਸੀ ਸਟੈਚਰ ਪੰਡਾਲ ਦੇ ਵਿੱਚ ਪੈ ਗਈਆਂ ਭਾਦੜਾਂ ਸੋ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸੋਸ਼ਲ ਮੀਡੀਆ ਤੇ ਵੀਡੀਓ ਦੇਖਣ ਨੂੰ ਮਿਲ ਰਹੀ ਹੈ ਵੀਡੀਓ ਦੇ ਵਿੱਚ ਇੱਕ ਲੜਾ ਐਂਬੂਲੈਂਸ ਵਿੱਚ ਸਟ੍ਰੈਚਰ ਤੇ ਪਿਆ ਦਿਖਾਈ ਦਿੰਦਾ ਉਸ ਦੀ ਲੱਤ ਤੇ ਲੱਗਾ ਹੋਇਆ ਪਲਸਟਰ ਸਾਫ਼ ਦਿਖਾਈ ਦਿੰਦਾ ਵੀਡੀਓ ਦੇ ਪੁਰ ਦੀ ਦੱਸੀ ਜਾ ਰਹੀ ਹੈ ਇਸ ਨੌਜਵਾਨ ਦਾ ਨਾਮ ਰਾਹੁਲ ਕਟਾਰੀਆ ਹੈ ਅਸਲ ਵਿੱਚ ਕਈ ਜੋੜਿਆਂ ਦੇ ਸਮੂਹਿਕ ਵਿਆਹ ਕਰਵਾਏ ਜਾਣੇ ਸਨ ਜ ਜਿਨ੍ਹਾਂ ਦੇ ਵਿੱਚ ਰਾਹੁਲ ਦਾ ਨਾਮ ਵੀ ਸ਼ਾਮਲ ਸੀ ਵਿਆਹ ਦੀ ਤਰੀਕ ਨਿਸ਼ਚਿਤ ਹੋ ਚੁੱਕੀ ਸੀ ਪਰ ਵਿਆਹ ਤੋਂ ਕੁਝ ਦਿਨ ਪਹਿਲਾਂ ਕਿਸੇ ਕੰਮ ਦੇ ਲਈ ਰਾਹੁਲ ਅਹਮਦਾਬਾਦ ਗਿਆ ਤਸਵੀਰਾਂ ਦੇ ਵਿੱਚ ਰਾਹੁਲ ਅਤੇ ਉਸ ਦੀ ਵਾਈਫ ਨੂੰ ਤੁਸੀਂ ਦੇਖ ਸਕਦੇ ਹੋ ਜੀ ਇਹ ਤਸਵੀਰਾਂ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਵਾਪਸੀ ਦੇ ਵਿੱਚ ਰਸਤੇ ਵਿੱਚ ਉਸ ਦੇ ਨਾਲ ਸੜਕ ਹਾਦਸਾ ਵਾਪਰ ਗਿਆ ਰਾਹੁਲ ਬਾਦ ਦਾ ਅੰਮਦਾਬਾਦ ਵਿੱਚ ਆਪਰੇਸ਼ਨ ਕਰਵਾਇਆ ਗਿਆ ਉਸ ਦੀ ਲੱਤ ਵਿੱਚ ਰਾਡ ਪਾਉਣ ਦੇ ਉਪਰੰਤ ਪਲੱਸਟਰ ਲਾ ਦਿੱਤਾ ਗਿਆ ਰਾਹੁਲ ਅਤੇ ਉਸ ਦੀ ਲਾੜੀ ਰਿਤਿਕਾ ਦੋਵਾਂ ਦੇ ਪਰਿਵਾਰ ਨੇ ਫੈਸਲਾ ਕੀਤਾ ਕਿ ਵਿਹਾਨ ਦੀ ਤਰੀਕ ਨਾ ਬਦਲੀ ਜਾਵੇ ਇਸ ਦੇ ਲਈ ਰਾਹੁਲ ਦੀ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆ ਰਾਹੁਲ ਐਂਬੂਲੈਂਸ ਰਾਹੀਂ ਵਿਹਾਨ ਸਮਾਗਮ ਦੇ ਵਿੱਚ ਪਹੁੰਚਿਆ ਉਸ ਨੇ ਰਿਤਿਕਾ ਦੇ ਨਾਲ ਫੇਰੇ ਲਾਏ ਦੱਸਣਾ ਬੰਦਾ ਕਿ ਇੱਕ ਹੋਰ ਨੌਜਵਾਨ ਵੀ ਵਿਆਹ ਤੋਂ ਪਹਿਲਾਂ ਹਾਦਸਾ ਵਾਪਰ ਗਿਆ ਸੀ ਛੱਟ ਜ਼ਿਆਦਾ ਲੱਗਣ ਦੇ ਕਾਰਨ ਨੌਜਵਾਨ ਨੇ ਆਪਣੇ ਵਿਆਹ ਦੀ ਤਰੀਕ ਅੱਗੇ ਕਰਨੀ ਪਈ ਸੀ ਪਰ ਰਾਹੁਲ ਐਂਬੂਲੈਂਸ ਦੇ ਵਿੱਚ ਪਹੁੰਚ ਕੇ ਵਿਆਹ ਕਰਵਾ ਲਿਆ ਸੋ ਇਹ ਵਿਆਹ ਸਾਰੇ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਏ ਦੋਵਾਂ ਪਰਿਵਾਰਾਂ ਨੇ ਆਪਣੇ ਦੁਆਰਾ ਕੀਤੇ ਗਏ ਪਹਿਲੇ ਫੈਸਲੇ ਤੇ ਕਾਇਮ ਰਹੇ ਉਹਨਾਂ ਨੇ ਵਿਆਹ ਦੀ ਤਰੀਕ ਵਿੱਚ ਬਦਲਾਅ ਕਰਨਾ ਠੀਕ ਨਹੀਂ ਸਮਝਿਆ ਲਾੜੀ ਰਿਤਿਕਾ ਨੇ ਵੀ ਆਪਣੇ ਮਾਤਾ ਪਿਤਾ ਨੂੰ ਪੂਰਾ ਸੰਯੋਗ ਕੀਤਾ ਤੇ ਇਸ ਤਰ੍ਹਾਂ ਰਾਹੁਲ ਕੁਟਾਰੀਆ ਤੇ ਰਿਤਿਕਾ પતિ ਪਤਨੀ ਬਣ ਗਏ। ਉਹਨਾਂ ਦੇ ਲਈ ਵਿਸ਼ੇਸ਼ ਚੇਅਰ ਦਾ ਪ੍ਰਬੰਧ ਵੀ ਕੀਤਾ ਗਿਆ ਜਿਸ ਸਦਕਾ ਉਹ ਪੂਰੇ ਵਿਆਹ ਸਮਾਗਮ ਦੇ ਦੌਰਾਨ ਸਹਿਜ ਮਹਿਸੂਸ ਕਰਦੇ ਰਹੇ। ਧੰਨਵਾਦ।